ਨਾ ਅਸੀਂ ਮੌਕੇ 'ਤੇ ਸਾਰੀ ਤਫਤੀਸ਼ ਕਰ ਰਹੇ ਹਾਂ, ਪਰ ਫਿਰ ਹਾਲ ਅਜੇ ਵੀ ਸਾਨੂੰ ਗਵਾਹ ਨਹੀਂ ਮਿਲਦਾ ਜਿਹੜਾ ਮੁਕੰਮਲ ਇਸ ਮਰਡਰ ਬਾਰੇ ਜਾਣਕਾਰੀ ਦੇ ਸਕੇ, ਜਿਹਦੇ ਅਸੀਂ ਬਿਆਨ ਹਾਸਲ ਕਰਕੇ ਮੁਕੱਦਮਾ ਦਰਜ ਕਰ ਲਈਏ। ਅਜੇ ਨਾ ਅਸੀਂ ਮੌਕੇ 'ਤੇ ਸਾਰੀ ਤਫਤੀਸ਼ ਕਰ ਰਹੇ ਹਾਂ, ਪਰ ਫਿਲਹਾਲ ਅਜੇ ਕੋਈ ਸਾਨੂੰ ਇਹੋ ਜਿਹਾ ਕੋਈ ਗਵਾਹ ਨਹੀਂ ਮਿਲਦਾ ਜਿਹੜਾ ਮੁਕੰਮਲ ਇਸ ਮਰਡਰ ਬਾਰੇ ਜਾਣਕਾਰੀ ਦੇ ਸਕੇ, ਜਿਹਦੇ ਅਸੀਂ ਬਿਆਨ ਹਾਸਲ ਕਰਕੇ ਮੁਕੱਦਮਾ ਦਰਜ ਕਰ ਲਈਏ। ਇੱਕ ਮੁੰਡਾ ਇਹਨਾਂ ਵਿੱਚੋਂ ਹੈਗਾ, ਉਹ ਬਿਆਨ ਦੇਣ ਦੇ ਜਸਪਾਲ ਸਿੰਘ ਦਾਖਲ ਆ, ਉਹ ਬਿਆਨ ਦੇਣ ਦੇ ਅਜੇ ਅਨਫਿਟ ਆ, ਡਾਕਟਰ ਸਾਹਿਬ ਨੇ ਦੱਸਿਆ। ਪਰ ਜਦੋਂ ਵੀ ਕਿੰਨੇ ਲੋਕ ਜਿਹੜੇ ਆ ਮਤਲਬ ਇੰਜਰਡ ਹੋਏ? ਇੱਕੋ ਇੰਜਰਡ ਹੋਇਆ ਬਸ, ਰਸਪਾਲ ਸਿੰਘ।